ਮੋਹਾਲੀ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸਾ ਹੋਇਆ। ਬਾਈਕ ਸਵਾਰ ਦੇ ਵੱਲੋਂ ਪੈਦਲ ਜਾ ਰਹੇ ਸ਼ਖਸ ਦੇ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਦੇ ਕਿ ਅੱਜ ਹੀ ਉਸਦਾ ਜਨਮ ਦਿਨ ਸੀ, ਉਸੇ ਦਿਨ ਹੀ ਇਸ ਸ਼ਖਸ ਦੀ ਮੌਤ ਹੋ ਗਈ। ਮੋਹਾਲੀ ਦੇ ਇੱਕ ਪਾਰਕ ਦੇ ਕੋਲ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ, ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਸਵਾਰ ਜੋ ਕਿ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ, ਜ਼ੋਰ ਦੇ ਨਾਲ ਉਸਦੇ ਵਿੱਚ ਵੱਜਿਆ ਤੇ ਮੌਕੇ ਤੇ ਹੀ ਲਵਨੀਤ ਸਿੰਘ ਦੀ ਮੌਤ ਹੋ ਗਈ ਔਰ ਇਸਦੀ ਉਮਰ 50 ਸਾਲ ਦੀ ਸੀ। ਬਾਈਕ ਸਵਾਰ ਵੀ ਸੀਰੀਅਸ ਦੱਸਿਆ ਜਾ ਰਿਹਾ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਜਨਮ ਦਿਨ ਵਾਲੇ ਦਿਨ ਹੀ ਇਸ ਸ਼ਖਸ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਮੋਹਾਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ, ਬਾਈਕ ਨੇ ਜ਼ੋਰਦਾਰ ਟੱਕਰ ਮਾਰੀ, ਥਾਂ ਇਸ ਦੀ ਮੌਤ ਹੋ ਗਈ। ਕੱਲ੍ਹ ਰਾਤੀ ਐਕਸੀਡੈਂਟ ਹੋਇਆ ਜੀ, ਇੱਕ ਅਤੇ ਦੋ ਡਿਵਾਈਡਿੰਗ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਅੱਛਾ ਜੀ, ਮੌਤ ਹੋਈ ਜੀ। ਪੈਦਲ ਸੀ ਇਹ ਜੀ? ਇਹ ਪੈਦਲ ਸਨ, ਮੋਟਰਸਾਈਕਲ ਵਾਲੇ ਮਾਰਿਆ ਲਿਆ। ਅੱਛਾ, ਪਤਾ ਲੱਗਿਆ ਸੀ ਇਹਨਾਂ ਦਾ ਅੱਜ ਜਨਮ ਦਿਨ ਹੈ ਜੀ? ਅੱਜ ਇਹਨਾਂ ਦਾ ਜਨਮ ਦਿਨ, 30 ਮਾਰਚ ਨੂੰ ਇਹਨਾਂ ਦਾ ਜਨਮ ਦਿਨ ਹੁੰਦਾ ਜੀ। ਅੱਛਾ ਜੀ, ਅੱਜ ਹੀ ਇਹਨਾਂ ਦੀ ਮੌਤ ਹੋਈ? ਹਾਂਜੀ ਸਰ। ਸੰਸਕਾਰ ਅੱਜ ਹੀ ਕਰਨਾ ਜੀ? ਸੰਸਕਾਰ ਅੱਜ ਕਰਨਾ ਪਏਗਾ ਜੀ। ਇਹ ਰਹਿੰਦੇ ਕਿੱਥੇ ਸੀਗੇ ਜੀ? ਪਹਿਲੇ ਫੇਸ 425 ਨੰਬਰ 'ਚ ਰਹਿੰਦੇ ਸੀਗੇ। ਕੰਮ ਕੀ ਕਰਦੇ ਸੀ? ਸਟਕੋ 'ਚ ਜੋਬ ਕਰਦੇ ਸੀਗੇ ਜੀ। ਅੱਛਾ, ਰਿਟਾਇਰ ਹੋ ਗਏ ਸੀ? ਨਹੀਂ, ਅਜੇ ਇਨ ਸਰਵਿਸ ਸੀਗੇ ਜੀ, ਅਜੇ 55 ਸਾਲ ਦੇ ਅੱਜ ਹੋਏ ਨੇ। ਇਹ ਕੱਲ੍ਹ ਸ਼ਾਮੀ 8:30 ਵਜੇ ਐਕਸੀਡੈਂਟ ਹੋਇਆ ਸੀ, ਰੈਂਕੋ ਤੋਂ ਜਿਹੜੀ ਰੋਡ ਜਾਂਦੀ ਡੀ ਬਲਾਕ ਚੌਂਕ ਵੱਲ, ਅਤੇ ਉੱਥੇ ਜਿਹੜੇ ਜਿਹਨਾਂ ਦੀ ਮੌਤ ਹੋਈ, ਲਵਨੀਤ ਸਿੰਘ, ਇਹ ਦੋ ਫੇਸ ਇੱਕ ਫੇਸ ਦੇ ਰਹਿਣ ਵਾਲੇ ਸਨ। ਇਹ ਸੜਕ ਕ੍ਰੋਸ ਕਰਦੇ ਸੀ, ਇੱਕ ਮੋਟਰਸਾਈਕਲ ਨੇ ਇਹਨਾਂ ਨੂੰ ਹਿੱਟ ਕਰਤਾ। ਪਤਾ ਲੱਗਿਆ ਮੋਟਰਸਾਈਕਲ ਵਾਲਾ ਵੀ ਸੀਰੀਅਸ ਹੈ? ਹਾਂਜੀ, ਮੋਟਰਸਾਈਕਲ ਵਾਲਾ ਵੀ ਜ਼ਖਮੀ ਹੈ? ਹਾਂਜੀ, ਉਹ ਵੀ ਜ਼ਖਮੀ ਹੈ। ਇਹਨਾਂ ਦੀ ਮੌਕੇ ਦੀ ਮੌਤ ਹੋ ਗਈ ਹਸਪਤਾਲ ਲਿਆ? ਨਹੀਂ, ਇਹਨਾਂ ਦੀ ਇੱਥੇ ਪਹਿਲਾਂ ਸਿਵਲ ਹਸਪਤਾਲ ਲੈ ਕੇ ਆਏ ਸੀ, ਉਹਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਨੇ ਉੱਧਰ ਰੈਫਰ ਕਰਤਾ ਸੀਗਾ ਜੀ, ਐਮਐਕਸ ਵਿੱਚ। ਉੱਥੇ ਫਿਰ ਰਾਤੀ ਇਹਨਾਂ ਦੀ ਮੌਤ ਹੋ ਗਈ। ਪਤਾ ਲੱਗਿਆ ਸੀ ਇਹਨਾਂ ਨੂੰ ਕੋਈ ਅੱਜ ਜਨਮ ਦਿਨ ਸੀਗਾ ਅਤੇ ਅੱਜ ਦੀ ਦਿਨ ਹੀ ਮੌਤ ਹੋਈ ਜੀ? ਹਾਂ, ਉਹਨਾਂ ਦੇ ਪਰਿਵਾਰ ਤੋਂ ਸਵੇਰੇ ਜਦੋਂ ਉਹਨਾਂ ਦਾ ਬਿਆਨ ਵਗੈਰਾ ਲਿਆ, ਉਦੋਂ ਦੱਸਦੇ ਸੀ ਕਿ ਅੱਜ ਇਹਨਾਂ ਦਾ ਜਨਮ ਦਿਨ ਸੀਗਾ, ਅੱਜ ਉਹਨਾਂ ਨੇ ਪੂਰੇ 55 ਸਾਲ ਦੇ ਹੋਏ ਸੀ। ਮੋਹਾਲੀ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸਾ ਹੋਇਆ। ਬਾਈਕ ਸਵਾਰ ਦੇ ਵੱਲੋਂ ਪੈਦਲ ਜਾ ਰਹੇ ਸ਼ਖਸ ਦੇ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਦੇ ਕਿ ਅੱਜ ਹੀ ਉਸਦਾ ਜਨਮ ਦਿਨ ਸੀ, ਉਸੇ ਦਿਨ ਹੀ ਇਸ ਸ਼ਖਸ ਦੀ ਮੌਤ ਹੋ ਗਈ। ਮੋਹਾਲੀ ਦੇ ਇੱਕ ਪਾਰਕ ਦੇ ਕੋਲ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ, ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਸਵਾਰ ਜੋ ਕਿ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ, ਜ਼ੋਰ ਦੇ ਨਾਲ ਉਸਦੇ ਵਿੱਚ ਵੱਜਿਆ ਤੇ ਮੌਕੇ ਤੇ ਹੀ ਲਵਨੀਤ ਸਿੰਘ ਦੀ ਮੌਤ ਹੋ ਗਈ ਔਰ ਇਸਦੀ ਉਮਰ 50 ਸਾਲ ਦੀ ਸੀ। ਬਾਈਕ ਸਵਾਰ ਵੀ ਸੀਰੀਅਸ ਦੱਸਿਆ ਜਾ ਰਿਹਾ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਜਨਮ ਦਿਨ ਵਾਲੇ ਦਿਨ ਹੀ ਇਸ ਸ਼ਖਸ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਮੋਹਾਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ, ਬਾਈਕ ਨੇ ਜ਼ੋਰਦਾਰ ਟੱਕਰ ਮਾਰੀ, ਥਾਂ ਹੀ ਇਸਦੀ ਮੌਤ ਹੋ ਗਈ। ਕੱਲ੍ਹ ਰਾਤੀ ਐਕਸੀਡੈਂਟ ਹੋਇਆ ਜੀ, ਇੱਕ ਅਤੇ ਦੋ ਡਿਵਾਈਡਿੰਗ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਅੱਛਾ ਜੀ, ਮੌਤ ਹੋਈ ਜੀ। ਪੈਦਲ ਸੀ ਇਹ ਜੀ? ਇਹ ਪੈਦਲ ਸਨ, ਮੋਟਰਸਾਈਕਲ ਵਾਲੇ ਮਾਰਿਆ ਲਿਆ। ਅੱਛਾ, ਪਤਾ ਲੱਗਿਆ ਸੀ ਇਹਨਾਂ ਦਾ ਅੱਜ ਜਨਮ ਦਿਨ ਹੈ ਜੀ? ਅੱਜ ਇਹਨਾਂ ਦਾ ਜਨਮ ਦਿਨ, 30 ਮਾਰਚ ਨੂੰ ਇਹਨਾਂ ਦਾ ਜਨਮ ਦਿਨ ਹੁੰਦਾ ਜੀ। ਅੱਛਾ ਜੀ, ਅੱਜ ਹੀ ਇਹਨਾਂ ਦੀ ਮੌਤ ਹੋਈ? ਹਾਂਜੀ ਸਰ। ਸੰਸਕਾਰ ਅੱਜ ਹੀ ਕਰਨਾ ਜੀ? ਸੰਸਕਾਰ ਅੱਜ ਕਰਨਾ ਪਏਗਾ ਜੀ। ਇਹ ਰਹਿੰਦੇ ਕਿੱਥੇ ਸੀਗੇ ਜੀ? ਪਹਿਲੇ ਫੇਸ 425 ਨੰਬਰ ਰਹਿੰਦੇ ਸੀਗੇ। ਕੰਮ ਕੀ ਕਰਦੇ ਸੀ? ਸਟਕੋ 'ਚ ਜੋਬ ਕਰਦੇ ਸੀਗੇ ਜੀ। ਅੱਛਾ, ਰਿਟਾਇਰ ਹੋ ਗਏ ਸੀ? ਨਹੀਂ, ਅਜੇ ਇਨ ਸਰਵਿਸ ਸੀਗੇ ਜੀ, ਅਜੇ 55 ਸਾਲ ਦੇ ਅੱਜ ਹੋਏ ਨੇ ਪੂਰੇ। ਇਹ ਕੱਲ੍ਹ ਸ਼ਾਮੀ 8:30 ਵਜੇ ਐਕਸੀਡੈਂਟ ਹੋਇਆ ਸੀ, ਰੈਂਕੋ ਤੋਂ ਜਿਹੜੀ ਰੋਡ ਜਾਂਦੀ ਡੀ ਬਲਾਕ ਚੌਂਕ ਵੱਲ, ਅਤੇ ਉੱਥੇ ਜਿਹੜੇ ਜਿਹਨਾਂ ਦੀ ਮੌਤ ਹੋਈ, ਲਵਨੀਤ ਸਿੰਘ, ਇਹ ਦੋ ਫੇਸ ਇੱਕ ਫੇਸ ਦੇ ਰਹਿਣ ਵਾਲੇ ਸਨ।
ਇਹ ਸੜਕ ਕ੍ਰੋਸ ਕਰਦੇ ਸੀ, ਇੱਕ ਮੋਟਰਸਾਈਕਲ ਨੇ ਇਹਨਾਂ ਨੂੰ ਹਿੱਟ ਕਰਤਾ। ਪਤਾ ਲੱਗਿਆ ਮੋਟਰਸਾਈਕਲ ਵਾਲਾ ਵੀ ਸੀਰੀਅਸ ਹੈ। ਹਾਂਜੀ, ਮੋਟਰਸਾਈਕਲ ਵਾਲਾ ਵੀ ਜ਼ਖਮੀ ਹੈ। ਹਾਂਜੀ, ਉਹ ਵੀ ਜ਼ਖਮੀ ਹੈ। ਅਤੇ ਇਹਨਾਂ ਦੀ ਮੌਕੇ ਦੀ ਮੌਤ ਹੋ ਗਈ ਹਸਪਤਾਲ ਲਿਆ? ਨਹੀਂ, ਇਹਨਾਂ ਦੀ ਇੱਥੇ ਪਹਿਲਾਂ ਸਿਵਲ ਹਸਪਤਾਲ ਲੈ ਕੇ ਆਏ ਸੀ ਇਹਨਾਂ ਦੇ ਪਰਿਵਾਰਕ ਮੈਂਬਰ, ਸਿਵਲ ਹਸਪਤਾਲ ਨੇ ਉੱਧਰ ਰੈਫਰ ਕਰਤਾ ਸੀਗਾ ਜੀ ਐਮਐਕਸ ਵਿੱਚ, ਉੱਥੇ ਫਿਰ ਰਾਤੀ ਇਹਨਾਂ ਦੀ ਮੌਤ ਹੋ ਗਈ। ਪਤਾ ਲੱਗਿਆ ਸੀ ਇਹਨਾਂ ਨੂੰ ਅੱਜ ਜਨਮ ਦਿਨ ਸੀਗਾ ਅਤੇ ਅੱਜ ਦੀ ਇਹਨਾਂ ਦੀ ਮੌਤ ਹੋਈ ਸੀ? ਹਾਂ, ਉਹਨਾਂ ਦੇ ਪਰਿਵਾਰ ਤੋਂ ਸਵੇਰੇ ਹੀ ਜਦੋਂ ਉਹਨਾਂ ਦਾ ਬਿਆਨ ਵਗੈਰਾ ਲਿਆ ਉਦੋਂ ਦੱਸਦੇ ਸੀ ਕਿ ਅੱਜ ਇਹਨਾਂ ਦਾ ਜਨਮ ਦਿਨ ਸੀਗਾ, ਅੱਜ ਉਹਨਾਂ ਨੇ ਪੂਰੇ 55 ਸਾਲ ਦੇ ਹੋਏ ਸੀ।